ਮੈਂ ਜੀ ਗੈਰੀ ਅਤੇ ਆਪਣੇ ਨਾਲ ਸੰਧੂ, ਗੈਰੀ ਅਤੇ ਸੰਧੂ, ਕੁਲਵੀਰ ਸੰਧੂ ਵੀਰਾ। ਅਤੇ ਅੱਜ ਆਪਾਂ ਵੀਰੇ ਤੁਹਾਨੂੰ ਦਿਖਾਉਣ ਲੱਗੇ ਹਾਂ ਪਟਿਆਲੇ ਦੀ ਮਸ਼ਹੂਰ ਮਾਰਕੀਟ, ਟਰੈਕਟਰ ਮਾਰਕੀਟ ਜਿਹਨੂੰ ਕਬਾੜੀ ਮਾਰਕੀਟ ਵੀ ਕਿਹਾ ਜਾਂਦਾ। ਅਤੇ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਉੱਥੇ ਗੱਡੀਆਂ ਮਿਲਦੀਆਂ ਨੇ। ਜਦੋਂ ਕਿਸੇ ਨੇ ਥਾਰ ਤਿਆਰ ਕਰਾਉਣੀ ਹੋਵੇ, ਜੀਪ ਤਿਆਰ ਕਰਵਾਉਣੀ ਹੋਵੇ ਜਾਂ ਕੋਈ ਜਿਪਸੀ ਤਿਆਰ ਕਰਵਾਉਣੀ ਹੋਵੇ, ਤੁਹਾਨੂੰ ਉੱਥੇ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਪੁਰਾਣੀਆਂ ਤੁਸੀਂ ਲੈ ਕੇ ਤਿਆਰ ਕਰਾ ਸਕਦੇ ਹੋ, ਸਸਤੇ ਤੋਂ ਸਸਤੇ ਰੇਟ 'ਤੇ ਮਿਲਦੇ ਨੇ ਸਾਰੀਆਂ ਚੀਜ਼ਾਂ ਉਹ। ਅਤੇ ਬਾਈ ਆਪਣੇ ਨਾਲ ਲਿਆ ਜੇ ਆਪਣੇ ਇੰਜੀਨੀਅਰ ਸਾਹਿਬ ਨੇ ਗੱਡੀਆਂ ਦੇ ਮਾਡਲ ਮਤਲਬ ਡਿਜ਼ਾਇਨ ਤਿਆਰ ਕਰਦੇ ਨੇ ਇਹ, ਅਤੇ ਮਿਸਤਰੀ ਵੀ ਨੇ ਮਕੈਨਿਕ। ਅਤੇ ਅੱਜ ਤੁਹਾਨੂੰ ਲੈ ਕੇ ਚੱਲਦੇ, ਠੀਕ ਆ? ਅਤੇ ਆਪਾਂ ਜਾਵਾਂਗੇ ਅੱਜ ਇਹਨਾਂ ਦੇ ਸਕੂਟਰ 'ਤੇ, ਇਹ ਤੇ ਨੀਲੇ ਰੰਗ ਦੇ, ਇਹਨੂੰ ਸਾਫ਼ ਤਾਂ ਕਰ ਲਓ ਯਾਰ। ਇਹ ਵੀ ਬਾਈ ਨੇ ਆਪ ਤਿਆਰ ਕਰਵਾਇਆ ਯਾਰ, ਆਹ ਦੇਖੋ ਇਹ ਵੀ ਵਕਾਊ ਹੈ। ਆਪਾਂ ਪਹੁੰਚ ਚੁੱਕੇ ਹਾਂ ਪਟਿਆਲੇ ਦੀ ਮਾਰਕੀਟ, ਕਬਾੜ ਮਾਰਕੀਟ, ਟਰੈਕਟਰ ਮਾਰਕੀਟ ਕਈ ਨਾਵਾਂ ਤੋਂ ਜਾਣਿਆ ਜਾਂਦਾ। ਇੱਥੇ ਸੈਕਿੰਡ ਹੈਂਡ ਮਾਲ ਬਹੁਤ ਮਿਲਦਾ। ਆਹ ਦੇਖੋ ਜੀਪ ਜਿਹਨੂੰ ਥਾਰ ਦੇ ਵਿੱਚ ਮੋਡੀਫਾਈ ਤਿਆਰ ਕੀਤਾ ਜਾਂਦਾ, ਥਾਰ ਬਣਾਈ ਜਾਂਦੀ ਜਿਹਨੂੰ। ਅਤੇ ਇੱਧਰ ਵੀ ਆਹ ਮਹਿੰਦਰਾ ਖੜਿਆ, ਪਿਕਅਪ ਖੜਿਆ, ਆਹ ਰਮਾਡਾ ਖੜੀ ਆ ਜਿਹਨੂੰ ਮੋਡੀਫਾਈ ਕਰਾ ਕੇ ਕਈ ਹੁਣ ਰੈਂਗਲਰ ਬਣਾਈ ਫਿਰਦੇ ਨੇ। ਆਹ ਥਾਰ ਖੜੀ ਆ, ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜੀ ਆ, ਫਲਾਈ ਵੀਅਰ ਸਭ ਕੁਛ ਓਕੇ ਆ। ਬਸ ਇੱਥੋਂ ਚੀਜ਼ਾਂ ਚੱਕ ਕੇ ਤਿਆਰ ਕਰਵਾਈਆਂ ਜਾਂਦੀਆਂ ਨੇ, ਬਹੁਤ ਸਸਤੇ ਰੇਟ 'ਤੇ ਮਿਲ ਜਾਂਦੇ ਨੇ। ਆਹ ਗੱਡੀਆਂ ਖੜੀਆਂ ਨੇ, ਕਿਸੇ ਵੀ ਗੱਡੀ ਦਾ ਕੋਈ ਪਾਰਟ ਖਰੀਦਣਾ ਹੋਵੇ ਸਭ ਕੁਛ ਇੱਥੇ ਮਿਲਦਾ। ਆਹ ਦੇਖ ਸਕਦੇ ਹੋ ਤੁਸੀਂ ਸਕੋਡਾ ਸਵਿਫਟ ਵਗੈਰਾ ਸਭ ਖੜੀਆਂ ਨੇ ਇੱਥੇ। ਐਕਸੀਡੈਂਟਲ ਗੱਡੀਆਂ ਕਾਫੀ ਹੁੰਦੀਆਂ ਨੇ ਇੱਥੇ, ਟਰੈਕਟਰ ਵਗੈਰਾ, ਇੰਜਣ ਵਗੈਰਾ, ਹੋਰ ਸਪੇਅਰ ਪਾਰਟ। ਆਹ ਦੇਖੋ ਥਾਰ ਜਿਹਨੂੰ ਤਿਆਰ ਕਰਾਇਆ ਜਾਂਦਾ, ਬਲੈਰੋ, ਆਹ ਜਿਪਸੀ, ਅਤੇ ਉੱਧਰ ਵੀ ਜਿਪਸੀ ਖੜੀ ਆ। ਦੇਖੋ ਕੰਡੀਸ਼ਨ ਦੇਖੋ ਕਿੰਨੀ ਵਧੀਆ ਜਿਪਸੀ ਦੀ। ਆਹ ਦੇਖੋ ਜੀ ਯੂਪੀ ਨੰਬਰ ਥਾਰ, ਥਾਰ ਮਤਲਬ ਜੀਪ 540-550 ਜਿਹੜੀ ਵੀ ਹੁੰਦੀ ਹੈ ਇਹ, ਅਤੇ ਇਹਨੂੰ ਲੋਕ ਤਿਆਰ ਕਰਕੇ ਥਾਰ ਬਣਾ ਕੇ ਸੇਲ ਕਰਦੇ ਨੇ। ਆਹ ਦੇਖੋ ਜਿਪਸੀ ਕਿੰਨੀ ਸੋਹਣੀ ਖੜੀ ਆ ਇੱਥੇ, ਆਹ ਜਿੱਪਾਂ ਹੀ ਜਿੱਪਾਂ ਖੜੀਆਂ, ਜਿਪਸੀ ਜਿਪਸੀਆਂ ਜਿੰਨੀਆਂ ਮਰਜ਼ੀ। ਬਲੈਰੋ ਖੜੀ ਆ, ਉੱਧਰ ਅਰਮਾਡਾ ਖੜੀ ਹੈ, ਇਹ ਸਾਰੀਆਂ ਵਕਾਊ ਨੇ। ਅਤੇ ਕਈ ਗੱਡੀਆਂ ਵਕਾਊ ਨਹੀਂ ਹੈਗੀਆਂ, ਜਿਨ੍ਹਾਂ ਦੇ ਸਿਰਫ ਸਪੇਅਰ ਪਾਰਟ ਹੀ ਇਹ ਵੇਚਦੇ ਨੇ। ਅਤੇ ਇਹਦੇ ਵਿੱਚ ਆਹ ਦੇਖੋ ਇੱਕ ਜਿਪਸੀ ਆ ਚੁੱਕੀ ਆ, ਗਾਹ ਜਿਪਸੀ ਖੜੀ ਆ, ਦੇਖੋ ਬਿਲਕੁਲ ਸਾਫ਼ ਸੁਥਰੀ ਜਿਪਸੀ ਆ ਅਰਮਾਡਾ। ਇਹ ਗੱਡੀ ਮੇਰੀ ਪਸੰਦ ਦੀ ਗੱਡੀ ਆ, ਇਹਨੂੰ ਮੋਡੀਫਾਈ ਕਰਾਉਣ ਲੱਗੇ ਆਪਾਂ ਜੀਪ ਰੈਂਗੂਲਰ ਦੀ ਸ਼ੇਪ ਦੇ ਸਕਦੇ ਹਾਂ ਬਹੁਤ ਵਧੀਆ ਤਰੀਕੇ ਨਾਲ। ਅਤੇ ਆ ਪਿੱਛੇ ਆ ਜਾਓ ਜਿਪਸੀ ਦੇਖੋ ਤੁਸੀਂ, ਮਤਲਬ ਇੱਥੋਂ ਤੁਸੀਂ ਬਹੁਤ ਸਸਤੇ ਦਾਮਾਂ ਤੋਂ ਚੱਕ ਕੇ ਗੱਡੀਆਂ, ਜਿੱਪਾਂ, ਜਿਪਸੀਆਂ ਜਿਨ੍ਹਾਂ ਨੂੰ ਸ਼ੌਂਕ ਆ, ਹੈ ਨਾ, ਅਤੇ ਉਹ ਤਿਆਰ ਕਰਾ ਸਕਦੇ ਨੇ। ਅਤੇ ਅਸੀਂ ਪਤਾ ਕੀਤਾ ਇਹਨਾਂ ਤੋਂ। ਆਹ ਦੇਖੋ ਬਲੈਰੋਆਂ ਖੜੀਆਂ, ਮਤਲਬ ਇੱਥੇ ਜਿੰਨੀ ਵੀ ਜਿਪਸੀਆਂ ਹੈਗੀਆਂ ਨੇ 25,000 ਤੋਂ ਲੈ ਕੇ 50,000 ਦੇ ਵਿੱਚ ਵਿੱਚ ਤੁਹਾਨੂੰ ਜਿਪਸੀਆਂ ਜੀਪਾਂ ਸਭ ਮਿਲ ਜਾਣਾ। ਅਤੇ ਬਾਕੀ ਰੇਟ ਕਹਿੰਦੇ ਮੌਕੇ 'ਤੇ ਘੱਟ ਵੀ ਹੋਜੂਗਾ ਜੇ ਤੁਸੀਂ ਲੈਣ ਦੇ ਚਾਹਵਾਨ ਹੋ ਤਾਂ। ਅਤੇ ਆਹ ਪੁਰਾਣੇ ਮਾਡਲ ਦੀ ਅਸਲੀ ਜਿਪਸੀ, ਪਤਾ ਨਹੀਂ ਕੀ ਚੀਜ਼ ਆ, ਸਵਰਾਜ ਟਰੈਕਟਰ ਵਗੈਰਾ। ਇੱਥੇ ਟਰੈਕਟਰਾਂ ਦਾ ਸਾਰਾ ਮਾਲ ਦਿਖਿਆ ਮਿਲਦਾ, ਅਤੇ ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਟਾਇਰ ਲੈਣੇ ਹੋਣ, ਰਿਮ ਵਗੈਰਾ, ਹੋਰ ਅਲਮ ਗਲਮ ਸਭ ਕੁਝ ਮਿਲਦਾ। ਆਹ ਜਿੱਪਾਂ ਦੇਖੋ ਹੋਰ ਵੀ ਖੜੀਆਂ ਨੇ, ਅਤੇ ਜਿੱਪਾਂ ਬਹੁਤ ਮਹਿੰਦਰਾ ਦੀ ਆਹ ਜਿੱਪਾਂ ਬਹੁਤ ਖੜੀਆਂ ਨੇ, ਜਿਹਨੇ ਤਿਆਰ ਕਰਵਾਉਣੀ ਉਹਨਾਂ ਇੱਥੋਂ ਲਿਜਾ ਸਕਦਾ। ਅਤੇ ਆਹ ਚੀਜ਼ਾਂ ਦੇਖੋ, ਜਨਰੇਟਰ ਜਨਰੇਟਰ, ਅੱਗੇ ਇੱਕ ਆ ਜਿਪਸੀ ਹੋਰ ਵੀ ਆਉਣੀ, ਤੁਹਾਨੂੰ ਉਹ ਵੀ ਦਿਖਾਉਂਦੇ ਆਪਾਂ ਗੱਡੀਆਂ ਗੱਡੀਆਂ। ਆਹ ਦੇਖੋ ਜਿਪਸੀ ਆ, ਇਹ ਹਾਲਤ ਬਹੁਤ ਮਾੜੀ ਆ, ਇਹਦਾ ਲੈਣ ਦਾ ਕੋਈ ਫਾਇਦਾ ਹੈ ਨਹੀਂ। ਆਹ ਗੱਡੀਆਂ ਖੜੀਆਂ, ਆਹ ਜਿਪਸੀਆਂ ਖੜੀਆਂ, ਆਹ ਜਿਪਸੀ ਠੀਕ ਹੈ। ਅਤੇ ਬਹੁਤ ਕੁਛ ਮਿਲ ਸਕਦਾ ਤੁਹਾਨੂੰ ਜੇ ਤੁਸੀਂ ਲੈ ਕੇ ਖੁਦ ਤਿਆਰ ਕਰਵਾਉਣੀ ਹੋਵੇ, ਨਹੀਂ ਨਵੀਂ ਗੱਡੀ ਨਹੀਂ ਲੈ ਸਕਦੇ, ਜਿਪਸੀ ਵਗੈਰਾ ਮੋਡੀਫਾਈ ਕਰਵਾਉਣੀ ਹੋਵੇ। ਆਹ ਦੇਖੋ ਇਹ ਵੀ ਥਾਰ ਬਣ ਜਾਂਦੀ ਆ, ਆਹ ਟਰੈਕਟਰ ਨੇ ਬਈ ਜਿਹੜੇ ਲੋਨ ਵਾਲੇ ਹੁੰਦੇ ਨੇ ਚੱਕੇ ਜਾਂਦੇ ਨੇ ਕੰਪਨੀ ਵੱਲੋਂ, ਉਹ ਮਤਲਬ ਬਹੁਤ ਨਵੇਂ ਟਰੈਕਟਰ ਹੁੰਦੇ, ਘੱਟ ਰੇਟ 'ਤੇ ਮਿਲ ਜਾਂਦੇ ਨੇ। ਆਹ ਟਾਇਰ ਦੇਖੋ, ਇਹ ਆਪਾਂ ਜਿਹੜੇ ਟਾਇਰ ਮਾਰਕੀਟ ਤੋਂ ਲੈਂਦੇ ਹਾਂ, ਠੀਕ ਹੈ, ਉਹ ਟਾਇਰਾਂ ਨਾਲੋਂ ਆਹ ਰੇਟ ਟਾਇਰ ਮਤਲਬ ਆਪਾਂ ਨੂੰ ਅੱਧ ਰੇਟ 'ਤੇ ਮਿਲ ਜਾਂਦੇ ਨੇ। ਅਤੇ ਨਵੇਂ ਟਾਇਰ ਹੁੰਦੇ ਨੇ, ਕੋਈ ਐਵੇਂ ਨਹੀਂ ਸੈਕਿੰਡ ਹੈਂਡ ਟਾਇਰ ਵੀ ਮਿਲਦੇ ਨੇ ਇੱਥੇ, ਨਵੇਂ ਟਾਇਰ ਵੀ ਮਿਲਦੇ ਨੇ, ਨਵੇਂ ਟਾਇਰ ਵੀ ਇੱਥੇ ਅੱਧ ਰੇਟ 'ਤੇ ਮਿਲਦੇ ਨੇ। ਅਤੇ ਬਾਕੀ ਮੌਕੇ ਦਾ ਰੇਟ ਹੋਰ ਵੀ ਘੱਟ ਹੋ ਜਾਂਦਾ, ਜੇ ਬੰਦੇ ਨੂੰ ਥੋੜ੍ਹਾ ਹੋਣਾ ਚਾਹੀਦਾ ਟ੍ਰੈਂਡ, ਰੇਟ ਘੱਟ ਆਉਣ ਦੇ ਵਿੱਚ, ਹੈ ਨਾ। ਅਤੇ ਸਭ ਕੁਛ ਮਿਲ ਜਾਂਦਾ ਇੱਥੇ, ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜਿਹੜੇ ਥਾਰ ਲਈ ਅਸੀਂ ਟਾਇਰ ਦੇਖਣ ਆਏ ਸੀਗੇ। ਅਤੇ ਬਾਈ ਅੰਦਰ ਦਿਖਾਉਂਦੇ ਨੇ ਤੁਹਾਨੂੰ ਟਾਇਰ ਕੱਢ ਕੇ। ਆਹ ਦੇਖੋ ਹੋਰ ਸਮਾਨ ਬਹੁਤ ਕੁਛ ਪਿਆ, ਰਿਮ ਵਗੈਰਾ ਇੱਥੇ ਸਭ ਕੁਛ ਪਿਆ, ਟਰੱਕਾਂ ਦੇ ਟਾਇਰ ਪਏ ਨੇ,
ਸੀ ਆਹ ਆ ਗਿਆ ਥਾ ਦਾ ਟਾਇਰ ਸਾਨੂੰ ਮਿਲ ਗਿਆ ਅਤੇ ਜਿਹੜਾ ਦਿਖਾਇਆ ਬਣ ਆਹ ਟਾਇਰ ਆ ਨਵੇਂ ਟਾਇਰ ਦੇਣਗੇ ਕੋਈ ਐਵੇਂ ਗੁੱਡੀ ਗੱਡੀ ਨਵੇਂ ਟਾਇਰ ਨੇ ਤੁਹਾਨੂੰ ਸਾਰਾ ਵਾਰੰਟੀ ਕਾਰਡ ਵਗੈਰਾ ਇੱਕ ਜਿਹੜਾ ਸਭ ਕੁਝ ਨਾਲ ਦਿੱਤਾ ਜਾਊਗਾ ਅਤੇ ਹੋਰ ਵੀ ਕਾਫੀ ਟਾਇਰ ਪਏ ਨੇ ਬਹੁਤ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਟਾਇਰ ਜਿਹੜਾ ਮਰਜ਼ੀ ਹੋਵੇ ਟਰੈਕਟਰ ਦੇ ਟਾਇਰ ਗੱਡੀਆਂ ਟਾਇਰ ਆਹ ਦੇਖੋ 4x ਟਰੈਕਟਰ ਦੇ ਟਾਇਰ 4x4 ਆ ਦੇਖੋ ਆਹ ਦੇਖੋ ਤੁਸੀਂ ਵੱਡੇ ਟਾਇਰ ਪਏ ਉਹ ਘੱਟ ਰੇਟਾਂ 'ਚ ਮਿਲਦੇ ਨੇ ਚੱਕੋ ਇੱਥੋਂ ਲਵੋ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਇੱਥੋਂ ਕਢਵਾਓ ਗੱਡੀਆਂ 'ਚੋਂ ਅੱਜ ਤੋਂ ਕੀ ਮਤਲਬ 20-25% ਦੇ ਰੇਟ 'ਤੇ ਮਿਲ ਜਾਂਦੇ ਨੇ ਚਾਰ ਜਿਪਸੀਆਂ ਦੇਖੋ ਬੜੀਆਂ ਇਹ ਜਿਪਸੀਆਂ ਸੇਲ ਵੀ ਹੁੰਦੀਆਂ ਨੇ ਕਈ ਸੇਲ ਨਹੀਂ ਵੀ ਹੁੰਦੀਆਂ ਟਰੈਕਟਰ ਦੇਖੋ ਕਿੰਨੇ ਖੜੇ ਆ ਰਿਮ ਪਿਆ ਢੋਲ ਕਹਿੰਦੇ ਕਨੈਕਟਰ ਆਹ ਬਾਈ ਕਿਸਨੇ ਗੱਡੀ ਦਾ ਟਾਇਰ ਚੇਂਜ ਕਰਵਾਉਣਾ ਆ ਆਹ ਦੇਖੋ ਟਰੈਕਟਰ ਮਾਰਕੀਟ ਇੰਜਨ ਚੱਕੋ ਟਰੈਕਟਰ ਦੇ ਟਰੈਕਟਰ ਤਿਆਰ ਕਰਵਾਓ ਫੋਰਡ ਟਰੈਕਟਰ ਪੁਰਾਣੇ ਟਰੈਕਟਰ ਜਿਹੜੇ ਮੋਡੀਫਾਈ ਹੁੰਦੇ ਨੇ ਤਕਰੀਬਨ ਸਾਰਾ ਮਾਲ ਇੱਥੋਂ ਹੀ ਜਾਂਦਾ ਆਹ ਦੇਖੋ ਮਿੰਨੀ ਟਰੈਕਟਰ ਖੜਿਆ ਆਹ ਵੱਡੇ ਵੱਡੇ ਜਨਰੇਟਰ ਆਹ ਟਰੈਕਟਰ ਸਾਰੇ ਵੀਰੇ ਬਹੁਤ ਵਧੀਆ ਕੰਡੀਸ਼ਨ ਦਿੰਦੇ ਨੇ ਨਵੇਂ ਤੋਂ ਨਵੇਂ ਟਰੈਕਟਰ ਖੜੇ ਨੇ ਇੱਥੇ ਮਤਲਬ ਇਹ ਤੁਹਾਨੂੰ ਜੇ ਤੁਸੀਂ ਟਰੈਕਟਰ ਲੈਣੇ ਹੋ ਬਾਹਰ ਉਹਦੇ ਨਾਲ ਬਹੁਤ ਘੱਟ ਰੇਟ 'ਚ ਮਿਲ ਜਾਂਦੇ ਮਾਰਕੀਟ ਨਾਲ ਇੱਥੇ ਲੈਣ 'ਚ ਭਲਾਈ ਬਹੁਤ ਆ ਜੇ ਲਓ ਤੁਸੀਂ ਸਸਤੇ ਰੇਟ 'ਚ ਮਿਲ ਜਾਣਗੇ ਆਹ ਦੇਖੋ ਟਰੈਕਟਰ ਹੀ ਟਰੈਕਟਰ ਖੜੇ ਅਤੇ ਤੁਹਾਨੂੰ ਹਰ ਪ੍ਰਕਾਰ ਦੀ ਗੱਡੀ ਮਿਲੇ ਹਰ ਪ੍ਰਕਾਰ ਦੀ ਗੱਡੀ ਆਹ ਦੇਖੋ ਅੱਗੇ ਤਿਆਰ ਕਰਾਓ ਥਾਰ ਬਣਾਓ ਜਿਵੇਂ ਮਰਜ਼ੀ ਚਲਾਓ